ਪਿਛਲੇ ਕਾਫੀ ਦਿਨਾਂ ਤੋਂ ਕਥਿਤ ਤੌਰ ਉੱਤੇ ਪੰਜਾਬ ਸਰਕਾਰ ਦੀ ਧੱਕਾਸ਼ਾਹੀ ਦਾ ਸ਼ਿਕਾਰ ਹੋ ਰਹੇ ਭਾਨਾ ਸਿੱਧੂ ਨੂੰ ਅੱਜ ਜੇਲ੍ਹ ਤੋਂ ਰਿਹਾਈ ਮਿਲ ਚੁੱਕੀ ਹੈ। ਤੁਹਾਨੂੰ ਦੱਸ ਦਈਏ ਕਿ ਮੋਹਾਲੀ ਅਦਾਲਤ ਨੇ ਭਾਨਾ ਸਿੱਧੂ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਲਈ ਹੈ, ਜਿਸ ਤੋਂ ਬਾਅਦ ਭਾਨੇ ਦੇ ਸਮਰਥਕਾਂ ਅਤੇ ਪਿੰਡ ਵਾਸੀਆਂ ਵਿੱਚ ਬੇਹੱਦ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲਿਆ। ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਭਾਨਾ ਸਿੱਧੂ ਨੇ ਜੇਲ੍ਹ ਵਿੱਚ ਆਪਣੇ ਨਾਲ ਹੋਏ ਤਸ਼ੱਦਦ ਦੀ ਇੱਕ ਇੱਕ ਗੱਲ ਵੀ ਸਾਂਝੀ ਕੀਤੀ ਹੈ। ਇੱਥੇ ਵੀ ਦੱਸ ਦਈਏ ਕਿ 50,000 ਰੁਪਏ ਮੁਚਲਕਾ ਭਰਨ ਮਗਰੋਂ ਹੀ ਭਾਨੇ ਸਿੱਧੂ ਨੂੰ ਰਿਹਾਅ ਕੀਤਾ ਗਿਆ। ਜੋ ਮੇਰੇ ਤੇ ਨੱਕ ਦੇ ਉੱਪਰ ਪਾਣੀ ਛੱਡ ਕੇ ਜੋ ਮੇਰੇ ਤੇ ਸੱਤ ਹੋਇਆ, ਇਹੋ ਜਿਹਾ ਬੈਂਚ ਸੀ, ਇਹੋ ਜਿਹਾ ਮੇਜ਼ ਹੁੰਦਾ, ਲੱਤਾਂ ਬੰਨ ਲਈਆਂ, ਹੱਥ ਬੰਨ ਲਏ, ਹੱਥਾਂ 'ਚ ਡਾਂਗ ਪਸਾਲੀ ਨੰਗਾ ਕਰ ਲਿਆ, ਸਾਰਾ ਨੰਗਾ ਕਰਕੇ ਜੋ ਉੱਥੇ ਝੇਡਾਂ ਮਸ਼ਕਰੀਆਂ ਜੋ ਮੇਰੇ ਨਾਲ ਹੋਈਆਂ, ਜੋ ਕੁਛ ਮੇਰੇ ਨਾਲ ਹੋਇਆ ਉਹ ਤਸਾਦਤ ਮੈਂ ਕਹਿੰਦਾ ਕਿਸੇ 'ਤੇ ਨਾ ਹੀ ਹੋਇਆ। ਫਿਰ ਉਹ ਤਸਾਦਤ ਪੂਰਾ ਕੀਤਾ ਗਿਆ, ਫਿਰ ਇਸ ਤੋਂ ਬਾਅਦ ਕੀ ਹੋਇਆ, ਫਿਰ ਕਹਿੰਦੇ ਕਾਸਰ ਰਹਿ ਗਈ, ਸਵੇਰੇ ਫਿਰ ਕੱਪੜੇ ਲਾ ਕੇ ਨੰਗਾ ਕਰਿਆ। ਇਹ ਚੀਜ਼ ਦਾ ਜੇ ਕੋਈ ਇਹ ਚੀਜ਼ ਬੰਦਾ ਹੈ, ਪੋਲੀਟੀਕਲ ਬੰਦਾ ਜਾਂ ਆਮ ਆਦਮੀ ਪਾਰਟੀ ਦਾ ਬੰਦਾ ਕਹੇ ਵੀ ਇਹ ਗੱਲ ਨਹੀਂ ਹੋਈ, ਮੈਂ ਉੱਥੇ ਲੁਧਿਆਣੇ CID ਦੇ ਵਿੱਚ ਲਿਜਾ ਕੇ ਜਿਹੜਾ ਉਹ ਸਾਡੇ ਸਾਹਮਣੇ ਸਬੂਤ ਕਰੂੰਗਾ ਵੀ ਆਹ ਤੁਸੀਂ ਵਰਨਾ ਕੀਤਾ ਨਹੀਂ ਆਹ ਕੁਛ। ਉੱਥੇ ਸਬੂਤ ਬਿਨ ਸਬੂਤ ਤੋਂ ਨਹੀਂ ਮੈਂ ਗੱਲ ਬੋਲਦਾ। ਫਿਰ ਤੜਕੇ ਫਿਰ ਕੱਪੜੇ ਲਿਹਾ ਲਏ, ਫਿਰ ਮੁੱਖ ਮੰਤਰੀ ਤੋਂ ਮਾਫ਼ੀ ਮੰਗ। ਲੜਾਈ ਕੀ ਵੀ ਤੈਂ, ਗੱਲ ਕੀ ਸੀਗੀ ਵੀ ਤੈਂ ਅੱਜ ਤੋਂ ਮੁੱਖ ਮੰਤਰੀ ਦੇ ਖਿਲਾਫ਼ ਨਹੀਂ ਬੋਲਣਾ, ਸਰਕਾਰ ਦੇ ਖਿਲਾਫ਼ ਨਹੀਂ ਬੋਲਣਾ, ਦਿੱਲੀ ਵਾਲੇ ਜੋ ਰਾਘਵ ਚੱਡਾਂ ਦੇ ਖਿਲਾਫ਼ ਤੂੰ ਬੋਲਦਾ, ਦਿੱਲੀ ਦੀ ਰਾਜਨੀਤੀ ਦੇ ਖਿਲਾਫ਼ ਬੋਲਦਾ, ਤਾਂ ਨਹੀਂ ਬੋਲਣਾ। ਇੱਥੋਂ ਤੱਕ ਸਰ ਸਿਆਸਤ ਗਿਰ ਗਈ ਯਾਰ। ਮੈਨੂੰ ਇੱਕ ਵੀ ਚੀਜ਼ ਦੱਸ ਦਿਓ ਵੀ ਮੈਂ ਮਾੜਾ ਕੀ ਕਰਤਾ। ਮੈਂ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹੁੰਦਾ, ਤੁਸੀਂ ਮੀਡੀਆ ਵਾਲੇ ਮੇਰੇ ਵੀਰ ਬੈਠੇ ਹੋ, ਮੈਂ ਮਾੜਾ ਕੀ ਕਰਤਾ? ਮੈਂ ਕਹਿਣਾ ਵੀ ਜੋ ਇਹ ਕੱਲੀ ਸਾਡੀ ਆਹ ਜਿਹੜੀ ਏਜੰਟਾਂ ਦੀ ਲੜਾਈ ਆ ਨਾ, ਇਹਨਾਂ ਨੇ ਮੋਹਰਾ ਬਣਾਇਆ। ਇਹ ਲੜਾਈ ਨਹੀਂ, ਪੰਜਾਬ ਦੀ ਹਰ ਇੱਕ ਮੁੱਦੇ 'ਤੇ ਮੈਂ ਲੜਦਾ ਆਇਆ। ਮੈਂ ਉਹ ਕਿਹੜਾ ਧਰਨਾ ਸਾਡੇ ਕਿਸਾਨ ਆਗੂ ਬੈਠੇ ਨੇ ਜਿਹੜੇ ਧਰਨੇ ਦੇ ਵਿੱਚ ਲੋਕਾਂ ਦੇ ਲਈ ਨਹੀਂ ਪਹੁੰਚਿਆ। ਇੱਥੋਂ ਤੱਕ ਸਿਆਸਤ ਗਿਰ ਗਈ ਕਿ ਇੰਨਾ ਜਲੀਲ ਕੀਤਾ ਗਿਆ, ਮੁੱਖ ਮੰਤਰੀ ਤੋਂ ਮਾਫ਼ੀ ਮੰਗ, ਮੁੱਖ ਮੰਤਰੀ ਤੋਂ ਮਾਫ਼ੀ ਮੰਗ। ਮੈਂ ਇੱਕੋ ਹੀ ਗੱਲ ਕਹਿਣਾ ਚਾਹੁੰਦਾ ਭਗਵੰਤ ਮਾਨ ਨੂੰ, ਤੈਨੂੰ ਭਗਤ ਸਿੰਘ ਵਾਲੀ ਪੱਗ ਲਾਹ ਦੇਣੀ ਚਾਹੀਦੀ ਵੀ ਝੂਠ ਬੋਲ ਕੇ ਤੂੰ ਭਗਤ ਸਿੰਘ ਵਾਲੀ ਪੱਗ ਦੇ ਡਰਾਮੇ ਕਰਦਾ। 8 ਵਜੇ ਤੋਂ ਬਾਅਦ ਜੋ ਤੂੰ ਕੁਛ ਕਰਦਾ, ਸ਼ਰਾਬ ਪੀ ਕੇ, ਉਹ ਤੇਰੇ ਵਰਗਾ ਕੋਈ ਸਿਆਸਤਗਰੀ ਕੋਈ ਸਿਆਸਤ ਨਹੀਂ ਕਰਦਾ। ਮੈਨੂੰ ਇੱਕ ਵੀ ਗੱਲ ਦੱਸੇ, ਮੇਰੇ ਨਾਲ CM ਬੈਠੇ ਬਰਾਬਰ, ਮੇਰੀ ਗੱਲ ਦਾ ਜਵਾਬ ਦੇ ਕੇ ਦਿਖਾਵੇ। ਅਸੀਂ ਅੱਜ ਤੱਕ, ਮੈਨੂੰ ਇੱਕ ਗੱਲ ਦੱਸੋ, ਮੈਂ ਸਾਰੀਆਂ ਪਾਰਟੀਆਂ ਦੇ ਖਿਲਾਫ਼ ਬੋਲਿਆ, ਇਦੂ ਸਿਆਸਤ ਹੋਰ ਕਿਹੜੀ ਡਿੱਗੂ? ਹੋਰ ਤਾਂ ਇਹਨਾਂ ਨੇ ਤਾਂ ਕਿਸੇ ਨੇ ਇਹੋ ਜਿਹੇ ਤਾਂ ਕਿਸੇ ਨੇ ਨਹੀਂ ਹਾਲਾਤ ਕੀਤੇ ਜੋ ਇਹਨੇ ਕੀਤੇ ਨੇਗੇ ਮੇਰੇ ਨਾਲ। ਤੈਨੂੰ ਉੱਥੇ ਜਿਹੜੇ ਮੁਲਾਜ਼ਮ ਉਹਨਾਂ ਦੇ ਨਾਂ ਪਤਾ ਬੜਾ? ਮੈਂ ਇਕੱਲੇ ਇਕੱਲੇ ਜਾ ਕੇ ਮੁੱਢ ਦੱਸ ਧਰ ਦੂੰ ਵੀ ਆਹ ਸੀਗਾ, ਇਹਨੇ ਐਵੇਂ ਮੈਨੂੰ ਨੰਗਾ ਕੀਤਾ, ਇਹਨੇ ਐਂ ਕੀਤਾ, ਇਹਨੇ ਐਂ ਕੀਤਾ, ਦਿਓ ਮੇਰੀ ਗੱਲ ਦਾ ਜਵਾਬ। ਜੇ ਸਾਰਾ ਮੀਡੀਆ ਮੇਰੇ ਨਾਲ ਜਾਊ, ਇਸ ਤੋਂ ਬਾਅਦ ਮੇਰੇ ਨਾਲ ਕੀ ਹੋਣ ਵਾਲਾ? ਜਿਹੜੀ ਅੱਜ ਮੈਂ ਗੱਲ ਵਿਵਾਕੀ ਨਾਲ ਬੋਲੀ ਹੈ, ਇਸ ਤੋਂ ਬਾਅਦ ਮੈਂ ਆਪਣਾ ਸਾਰਾ ਕੁਝ ਦਾਅ 'ਤੇ ਲਾ ਕੇ ਬੋਲਿਆ। ਮੇਰੀਆਂ ਭੈਣਾਂ, ਮੇਰਾ ਪਰਿਵਾਰ, ਮੇਰੇ ਨਾਲ ਕੁਛ ਵੀ ਇਹ ਬੰਦਾ ਕਰਵਾ ਸਕਦਾ, ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦਾ। ਇੱਥੇ ਤੱਕ ਸਿਆਸਤ ਗਿਰੀ ਪਈ ਆ, ਮੇਰੀ ਜੇ ਮੌਤ ਹੁੰਦੀ ਹੈ, ਮੇਰੀ ਮੌਤ ਦਾ ਜ਼ਿੰਮੇਵਾਰ ਸਰਕਾਰ ਹੋਊ ਮੇਰੀ ਅੱਜ ਤੋਂ ਬਾਅਦ। ਕਿਉਂਕਿ ਪ੍ਰਧਾਨ ਸਾਹਿਬ, ਮੈਂ ਤੁਹਾਨੂੰ ਆਪਣੇ ਦਿਲ ਦੀ ਗੱਲ ਦੱਸ ਨਹੀਂ ਸਕਦਾ ਇੱਥੋਂ ਤੱਕ। ਇਸ ਤੋਂ ਪਹਿਲਾਂ ਕੀ ਹੋਇਆ, ਸੁਣਨ ਵਾਲੀ ਗੱਲ ਆ, ਇਸ ਤੋਂ ਪਹਿਲਾਂ ਪਟਿਆਲੇ ਬੁਲਾ ਲਿਆ,